ਲੱਗਦਾ ਆ ਖੁਦ ਨੂੰ ਦੇਖ ਦੇਖ ਕੇ ਵੀ ਫੀਲ ਹੁੰਦਾ ਵੀ ਹਾਂ ਗਲਤੀ ਕਰ ਲਈ ਆ ਸਨੇਹਾ ਕਟਿਆਲ ਦੇ ਨਾਮ ਦਾ ਟੈਟੂ ਕਵਰ ਅਪ ਕਰਵਾਤਾ ਅਤੇ ਸਨੇਹਾ ਨੇ ਗਗਨ ਲਾਲੀ ਦੇ ਨਾਮ ਦਾ ਇਸ ਦੇ ਨਾਲ ਨਾਲ ਸਨੇਹਾ ਕਟਿਆਲ ਨੇ ਅੱਜ ਇੱਕ ਵਲੌਗ ਅਪਲੋਡ ਕੀਤਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ ਗਗਨ ਤੇ ਸਨੇਹਾ ਸੈਪਰੇਟ ਹੋਏ ਸੀ ਤਾਂ ਸਨੇਹਾ ਕਟਿਆਲ ਨੇ ਆਪਣੀ ਬਾਂਹ ਉੱਤੇ ਕੱਟ ਲਗਾ ਲਿਆ ਸੀ ਅਤੇ ਸਨੇਹਾ ਕਟਿਆਲ ਦੀ ਬਾਂਹ ਉੱਤੇ ਉਸ ਕੱਟ ਦਾ ਨਿਸ਼ਾਨ ਪੈ ਚੁੱਕਿਆ ਹੈ ਜਿਹਦੇ ਕਰਕੇ ਸਾਰੇ ਲੋਕ ਉਹਨੂੰ ਪੁੱਛਦੇ ਸੀ ਕਿ ਸਨੇਹਾ ਇੱਥੇ ਕੀ ਹੋਇਆ ਅਤੇ ਇਸ ਗਲਤੀ ਨੂੰ ਸਨੇਹਾ ਕਟਿਆਲ ਨੇ ਖੁਦ ਵੀ ਮੰਨਿਆ ਕਿ ਮੈਂ ਬਹੁਤ ਜ਼ਿਆਦਾ ਵੱਡੀ ਗਲਤੀ ਕਰ ਲਈ ਹੈ ਇਹ ਸਭ ਕੁਝ ਕਰਕੇ ਇਸ ਕਰਕੇ ਸਨੇਹਾ ਕਟਿਆਲ ਨੇ ਅੱਜ ਉਸ ਟੈਟੂ ਨੂੰ ਕਵਰ ਅਪ ਕਰਵਾਤਾ ਹੈ ਜਿਹਦੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਨੇਹਾ ਕਟਿਆਲ ਦਾ ਇਹ ਨਿਊ ਟੈਟੂ ਕਿਵੇਂ ਦਾ ਲੱਗਾ ਬਾਕੀ ਬਣੇ ਰਹੋ ਮੇਰੇ ਚੈਨਲ ਦੇ ਨਾਲ ਧੰਨਵਾਦ।